ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ ਜਿਹੜੀ ਪਠਾਨਕੋਟ ਤੋਂ ਸ਼੍ਰੀ ਅਯੋਧਿਆ ਵਿੱਚ ਜਿਹੜੀ ਦੂਸਰੀ ਟ੍ਰੇਨ ਜਿਹੜੀ ਜਾ ਰਹੀ ਹੈ ਅਤੇ ਰਾਮ ਭਗਤਾਂ ਵਿੱਚ ਕਾਫੀ ਉਤਸਾਹ ਦੇਖਣ ਮਿਲਿਆ। ਇਸ 'ਤੇ ਮੌਜੂਦ ਹੈ ਸਾਬਕਾ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ। ਫਿਰ ਮੈਂ ਕਿੱਸਾ ਦੇ ਰਿਹਾ, ਬੜਾ ਉਤਸਾਹ ਰਾਮ ਭਗਤਾਂ ਦੇ ਵਿੱਚ। ਦੂਸਰੀ ਜਿਹੜੀ ਮੇਰੀ ਵਿਧਾਨ ਸਭਾ ਦਾ ਪਰਿਵਾਰ ਮੇਰੇ ਨਾਲ ਜਾ ਰਿਹਾ ਔਰ 1344 ਰਾਮ ਭਗਤ ਜਿਹੜੇ ਹੈ ਅੱਜ ਸ਼੍ਰੀ ਅਯੋਧਿਆ ਜੀ ਦੇ ਅੰਦਰ ਭਗਵਾਨ ਰਾਮ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ। ਭਗਵਾਨ ਰਾਮ ਨੇ ਜਿਹੜਾ ਗ੍ਰਹਿ ਪ੍ਰਵੇਸ਼ ਕੀਤਾ ਹੈ 22 ਜਨਵਰੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਨਾਤਨੀਆਂ ਦੇ 500 ਸਾਲਾਂ ਸੰਘਰਸ਼ ਜਿਹੜਾ ਕੀਤਾ ਹੈ ਉਹਨੂੰ ਇੱਕ ਮੂਰਤ ਰੂਪ ਦਿੱਤਾ ਹੈ ਔਰ ਭਗਵਾਨ ਰਾਮ ਆਪਣੇ ਘਰ 'ਚ ਵਿਰਾਜਮਾਨ ਹੋਏ ਨੇ। ਲੋਕਾਂ ਦੇ ਮਨ ਦੇ ਅੰਦਰ ਇਤਨਾ ਹਰਸੋ ਹਲਾਸ ਮੈਂ ਕਦੀ ਨਹੀਂ ਦੇਖਿਆ ਔਰ ਇਤਨੀ ਸ਼ਰਧਾ। ਉਹਦੇ ਪਿੱਛੇ ਕਾਰਨ ਹੈ ਕਿ 500 ਸਾਲ ਸਾਡੀਆਂ ਅਨੇਕ ਪੀੜ੍ਹੀਆਂ ਭਗਵਾਨ ਰਾਮ ਜੀ ਆਪਣੇ ਘਰ ਦੇ ਅੰਦਰ ਵਿਰਾਜਮਾਨ ਹੋਣ, ਭਗਵਾਨ ਰਾਮ ਜੀ ਦੇ ਵਿਗ੍ਰਹਿ ਦੀ ਪ੍ਰਾਣ ਪ੍ਰਤਿਸ਼ਠਾ ਹੋਏ, ਇਹਨੂੰ ਲੈ ਕੇ ਲੰਬਾ ਸੰਘਰਸ਼ ਚੱਲਿਆ ਜਿਹਦੇ ਅੰਦਰ ਲਗਭਗ 3.25 ਲੱਖ ਤੋਂ ਉੱਪਰ ਬਲੀਦਾਨ ਹੋਏ। ਇੰਨੇ ਬਲੀਦਾਨਾਂ ਤੋਂ ਬਾਅਦ ਪ੍ਰਭੂ ਰਾਮ ਨੇ ਨਰਿੰਦਰ ਭਾਈ ਮੋਦੀ ਦੇ ਦੁਆਰਾ ਆਪਣੇ ਗ੍ਰਹਿ ਪ੍ਰਵੇਸ਼ ਨੂੰ ਕੀਤਾ ਔਰ ਅੱਜ ਪੂਰਾ ਦੇਸ਼ ਜਿਹੜਾ ਹੈ ਔਰ ਪੂਰੀ ਦੁਨੀਆ ਜਿੱਥੇ ਜਿੱਥੇ ਸਨਾਤਨ ਨੂੰ ਮੰਨਣ ਵਾਲੇ, ਭਗਵਾਨ ਰਾਮ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਦੇ ਮਨ ਦੇ ਅੰਦਰ ਐਸਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜੀਵਨ ਸਾਰਥਕ ਹੋ ਗਿਆ ਕਿਉਂਕਿ ਕਈ ਪੀੜ੍ਹੀਆਂ ਇੰਤਜ਼ਾਰ ਕਰਕੇ ਚਲੀਆਂ ਗਈਆਂ। ਲੇਕਿਨ ਸਾਡੀ ਪੀੜ੍ਹੀ ਸੌਭਾਗਿਆਸ਼ਾਲੀ ਹੈ, ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਾਂ ਕਿ ਉਹਨਾਂ ਦੇ ਕਾਰਨ ਸਾਨੂੰ ਇਹ ਮੌਕਾ ਮਿਲਿਆ। ਸੋ ਇਹ ਸਨ ਬੀਜੇਪੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੂੰ ਦੱਸਦੀ ਕਿ ਜਿਹੜੀ ਵਿਸ਼ੇਸ਼ ਟ੍ਰੇਨ ਜਿਹੜੀ ਆ ਜਿਹੜੀ ਦੂਸਰੀ ਟ੍ਰੇਨ ਪਠਾਨਕੋਟ ਜਿਹੜੀ ਜਾ ਰਹੀ ਹੈ। ਸੋ ਮੌਜੂਦਾ ਮੇਰੇ ਨਾਲ ਬੀਜੇਪੀ ਲੀਡਰ ਜੀਵਨ ਗੁਪਤਾ ਜੀ, ਤੁਸੀਂ ਕਿਸ ਦੇ ਅੱਜ ਜਿਹੜੀ ਵਿਧਾਨ ਸਭਾ ਪਠਾਨਕੋਟ ਹਲਕਾ ਜਿਹੜੀ ਸਾਬਕਾ ਪ੍ਰਧਾਨ ਬੀਜੇਪੀ ਦੇ ਅਸ਼ਵਨੀ ਸ਼ਰਮਾ ਜੀ ਕਾਫੀ ਤਾਦਾਦ ਦੇ ਵਿੱਚ ਜਿਹੜੀ ਰਾਮ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਕਿੱਸਾ ਦੇਖਦੇ ਹੋ, ਕਿੰਨਾ ਉਤਸਾਹ ਹਜੇ ਵੀ ਰਾਮ ਭਗਤਾਂ ਜਿਹੜੇ ਉਹ ਲੋਕ ਜਿਹੜੇ ਦਰਸ਼ਨ ਨਹੀਂ ਕਰ ਸਕੇ ਹਜੇ ਵੀ ਇਸ ਟ੍ਰੇਨ ਦਾ ਕਾਫੀ ਲਾਭ ਉਡਾ ਰਹੇ? ਦੇਖੋ, ਪੂਰੇ ਦੇਸ਼ 'ਚ ਉਤਸ਼ਾਹਵਰਤਕ ਮਾਹੌਲ ਹੈ। ਮੈਂ ਸਮਝਦਾ ਕਿ ਰੋਜ਼ 3 ਲੱਖ ਯਾਤਰੂ ਜਿਹੜਾ ਹੈਗਾ ਸ਼ਰਧਾਲੂ ਉਹ ਸ਼੍ਰੀ ਅਯੋਧਿਆ ਧਾਮ ਵਿਖੇ ਪਹੁੰਚ ਰਿਹਾ ਔਰ ਅੱਜ ਜਿਹੜੀ ਟ੍ਰੇਨ ਗਈ ਹੈ ਇਹ ਪਠਾਨਕੋਟ ਵਿਧਾਨ ਸਭਾ ਤੋਂ ਸਾਡੇ ਸਾਬਕਾ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਜਿਹੜੇ ਉੱਥੋਂ MLA ਵੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਟ੍ਰੇਨ ਇੱਥੋਂ ਗਈ ਹੈ ਔਰ ਲੁਧਿਆਣੇ ਦੇ ਵਿੱਚ ਭਾਜਪਾ ਕਾਰਜਕਰਤਾਵਾਂ ਨੇ ਰਾਮ ਭਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਟ੍ਰੇਨ ਦਾ ਸਵਾਗਤ ਕੀਤਾ ਔਰ ਮੈਂ ਵਿਸ਼ੇਸ਼ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਦਾ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਾਮ ਭਗਤਾਂ ਦੇ ਆਸਾਂ ਨੂੰ ਧਿਆਨ 'ਚ ਰੱਖਦੇ ਹੋਏ ਪੂਰੇ ਦੇਸ਼ ਤੋਂ ਆਸਾਂ ਟ੍ਰੇਨਾਂ 'ਚ ਰਾਈਆਂ ਔਰ ਅੱਜ ਇਹ ਟ੍ਰੇਨ ਜਿਹੜੀ ਹੈ ਸ਼ਾਇਦ 4th ਜਾਂ 5th ਟ੍ਰੇਨ ਪੰਜਾਬ 'ਚੋਂ ਨਿਕਲੀ ਹੈ। ਸੋ ਇੱਕ ਬੜਾ ਉਤਸ਼ਾਹਵਰਧਕ ਮਾਹੌਲ ਹੈ ਔਰ ਤੁਸੀਂ ਦੇਖਿਆ ਕਿ ਵੱਡੇ ਪੱਧਰ 'ਤੇ ਲੁਧਿਆਣੇ ਦੇ ਲੋਕ ਇੱਥੇ, ਲੁਧਿਆਣੇ ਦੇ ਕਾਰਜਕਰਤਾ ਨੇ ਟ੍ਰੇਨ ਦਾ ਸਵਾਗਤ ਕੀਤਾ ਔਰ ਟ੍ਰੇਨ ਪੂਰੀ ਤਰ੍ਹਾਂ ਭਰੀ ਹੋਈ ਸੀਗੀ। ਸੋ ਇੱਕ ਬੜੇ ਉਤਸ਼ਾਹ ਵਾਲੀ ਗੱਲ ਹੈ, ਬੜੇ ਮੈਂ ਸਮਝਦਾ ਕਿ ਇਹ ਜਿਹੜੀ ਸਾਡੀ ਦੇਸ਼ ਦੀ ਲੋਕ ਨੇ, ਭਾਰਤ ਵਾਸੀ ਨੇ, ਕਿਉਂਕਿ ਰਾਮ ਸਾਡੇ ਦੇਸ਼ ਦੇ ਅਰਾਧਿਆ ਹੈ ਔਰ ਅਸੀਂ ਸਭ ਰਾਮ ਨੂੰ ਮੰਨਣ ਵਾਲੇ ਲੋਕ, ਉਹਨਾਂ ਨੇ ਸਾਡੇ ਜਿੱਥੇ ਉਹਨਾਂ ਦੀ ਜੀਵਨੀ ਬਾਰੇ ਆਪਣੇ ਜੀਵਨ 'ਚ ਉਹਨਾਂ ਦੀ ਜੀਵਨੀ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਉਹਨਾਂ ਦੇ ਦਿਖਾਏ 'ਤੇ ਰਸਤੇ 'ਤੇ ਚੱਲਣ ਦੀ ਗੱਲ ਹੈ ਔਰ ਬੜੀ ਲੰਬੀ ਸੰਘਰਸ਼ ਤੋਂ ਬਾਅਦ ਇਹ ਜਿਹੜਾ ਜਿੱਤ ਹੋਈ ਹੈ।
ਸੋ ਮੈਂ ਵਧਾਈ ਦਿੰਦਾ ਸਭ ਨੂੰ ਬਹੁਤ ਇਸ ਖੁਸ਼ੀ ਦੇ ਮਾਤਰ। ਸੋ ਇਹ ਸਨ BJP ਦੇ ਸਾਬਕਾ ਪ੍ਰਧਾਨ ਅਸ਼ਵੀ ਸ਼ਰਮਾ, ਜਿਹੜੇ ਅੱਜ ਪਠਾਨਕੋਟ ਵਿਧਾਨ ਸਭਾ ਹਲਕਾ ਤੋਂ ਜਿਹੜੇ ਕਾਫੀ ਜਿਹੜੇ ਯਾਤਰੀ ਹੈ, ਰਾਮ ਭਗਤ ਹੈ, ਅੱਜ ਅਯੋਧਿਆ ਜਾ ਰਹੀ, ਅਤੇ ਉਹ ਇਹ ਟ੍ਰੇਨ ਹੈ ਜਿਹੜੀ ਆਸਥਾ ਸਪੈਸ਼ਲ ਟ੍ਰੇਨ ਜਿਹੜੀ ਪਠਾਨਕੋਟ ਤੋਂ ਅਯੋਧਿਆ ਧਾਮ ਜਾ ਰਹੀ ਹੈ। ਤੋ ਕਾਫੀ ਉਤਸ਼ਾਹ ਸੀ ਲੋਕਾਂ ਦੇ ਵਿੱਚ, ਕਾਫੀ ਇੰਤਜ਼ਾਰ ਵੀ ਸੀ ਵੀ ਕਦੋਂ ਹੁਣ ਦੂਸਰੀ ਟ੍ਰੇਨ ਜਿਹੜੀ ਪਠਾਨਕੋਟ ਚੱਲੂਗੀ, ਤਾਂ ਜਿਹੜੇ ਰਾਮ ਭਗਤ ਹੈ ਰਾਮ ਲੱਲਾ ਜੀ ਦਰਸ਼ਨ ਕਰਨ ਅਯੋਧਿਆ ਜਾਣਗੇ। ਤਾਂ ਇਹ ਰਾਮ ਭਗਤ ਹੈ ਜਿਹੜੇ ਹੁਣ ਅਯੋਧਿਆ ਜਾ ਰਹੇ ਆ ਇਸ ਆਸਥਾ ਸਪੈਸ਼ਲ ਟ੍ਰੇਨ ਦੇ ਵਿੱਚ। ਸੋ BJP ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਿਹੜੀ ਮੋਦੀ ਸਰਕਾਰ ਦੀ ਉਪਲਬਧੀ ਦੀ ਗੱਲ ਕੀਤੀ ਹੈ ਔਰ ਲੋਕਾਂ ਨੂੰ ਜਿਹੜੀ ਰਾਮਲੀਲਾ ਦਰਸ਼ਨ ਕਰਾਉਣ ਜਿਹੜੀ ਸਪੈਸ਼ਲ ਆਸਥਾ ਟ੍ਰੇਨ ਚਲਾਈ ਆ ਉਸ ਦੇ ਬਾਰੇ ਵੀ ਕਾਫੀ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਰਿਹਾ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਟੀ ਵੀ, ਲੁਧਿਆਣਾ।